ਕਾਦੇ ਵਾਸਤੇ ਲੋੜ ਤੈਨੂੰ ਕਾਦੀ ਲੋੜ ਸੀ ਕੀ ਲੋੜ ਸੀ ਤੈਨੂੰ ਹੈ ਤੈਨੂੰ ਜਾ ਸਕੂਲ ਜਾਣਾ ਹੁੰਦਾ ਨਹੀਂ ਪੁੱਤ ਜੇ ਤੈਨੂੰ ਖਾਣ ਵਾਸਤੇ ਪੈਸੇ ਨਹੀਂ ਦਿੱਤੇ ਹੈਗੇ ਫਿਰ ਤੂੰ ਥਾਣੇ ਆ ਗਿਆ ਕੀ ਨੇ ਇਹਨੇ ਹੋਰ ਬੱਚੇ ਉਹ ਕਰਨਗੇ ਨਹੀਂ ਕੀ ਹੋ ਗਿਆ ਪੁੱਤ ਪਾਪਾ ਕਈ ਵਾਰੀ ਬਿਨਾ ਮਤਲਬ ਤੋਂ ਵੀ ਮਾਰ ਦਿੰਦੇ ਨੇ ਫਿਰ ਕੀ ਹੋ ਇਹਨੂੰ ਬਸ ਇਹ ਗੱਲ ਕਹਿੰਦੇ ਵੀ ਪਤੰਗ ਨਾ ਲਿਆ ਕਰੀ ਪਤੰਗਾ ਦਾ ਫਿਰ ਪਾਰ ਦਿੰਦੇ ਹੀ ਫਿਰ ਡਿੱਗ ਜਾਏਗਾ ਤੂੰ ਸ਼ੇਰਾ ਕੋਠੇ ਤੋਂ ਡਿੱਗ ਜਾਏਗਾ ਕੋਠੀ ਵੀ ਕਿਸੇ ਹੋਰ ਤੇ ਜਾਂਦੀ ਸਾਡੇ ਤਾਂ ਗਮਾਂਡੀਆਂ ਨਾਲ ਉਂ ਲੜਾਈ ਹੁੰਦੀ ਅਸੀਂ ਕੋਠੇ ਵੀ ਚੜ੍ਹਨ ਨਹੀਂ ਦਈ ਕੋਠੇ ਤੇ ਕਿਉਂ ਚੜ੍ਹਦੇ ਤੁਸੀਂ ਜੇ ਡਿੱਗ ਪਏ ਭਲਾ ਸੱਟ ਲੱਗ ਗਈ ਇੱਕ ਜਗ੍ਹਾ ਤੇ ਖੜੇ ਰਹਿਣਾ ਪੁੱਤ ਜੀ ਡਿੱਗਿਆ ਫੇਰ ਚੱਲ ਭਾਜੀ ਬੱਚਾ ਤੂੰ ਚੱਲ ਚੱਲ ਮੈਨੂੰ ਇੱਕ ਗੱਲ ਦੱਸ ਜਿਹੜੀ ਮਤਲਬ ਹੁਣ ਤੇਰੇ ਗੁੱਟ ਪਈ ਸੀ ਇਹ ਤੂੰ ਗੁੱਟ ਮੰਗਦਾ ਸੀ ਤਾਂ ਪਈ ਸੀਗੀ ਗੁੱਟ ਵਾਸਤੇ ਪੈਸੇ ਮੰਗ ਰਿਹਾ ਸੀਗਾ ਹਾਂ ਚੀਜ਼ ਖਾਣ ਵਾਸਤੇ ਇਹਨਾਂ ਨੇ ਮਨਾ ਕਰਤਾ ਤੂੰ ਥਾਣੇ ਆ ਗਿਆ ਹਨਾ ਮੈਨੇ ਥਾਪਾ ਲਾਇਆ ਦੀ ਹੈ ਮੰਮੀ ਨੂੰ ਇਹ ਕਾਲਾ ਕਰਦਾ ਸੀਗਾ ਕਾ ਤੂੰ ਕਰਦੇ ਸੀ ਬਈ ਮੈਂ ਦੱਸ ਦਿੱਤੀ ਗੱਲ ਕੀਤੀ ਜੀ ਇਹਦੀ ਮੰਮੀ ਹਮੇਸ਼ਾ ਇਹਦਾ ਪੱਖ ਕਰ ਦੂ ਐਂ ਤਾਂ ਹੋਏ ਜਾਂਦਾ ਉਹ ਮਾਤਾ ਪੱਖ ਲੈਂਦੀ ਉਹ ਹੁੰਦੀ ਆ ਐਂ ਤਾਂ ਹੋਏ ਜਾਂਦਾ ਜਵਾਬ ਨੂੰ ਜਾਣ ਕਿ ਕਈ ਵਾਰੀ ਮੈਨੂੰ ਕਹਤਾ ਮੈਂ ਤੂੰ ਰੋ ਲੜੀ ਕਹਿਣ ਲੱਗੀ ਅਗਲਾ ਉਹਨੂੰ ਕਹਿੰਦਾ ਤੂੰ ਟਿਕ ਜਾ ਤੂੰ ਐਂ ਕਰਦੀਆਂ ਫਲਾਣਾ ਨਾ ਮੈਂ ਕਮਾਂਦਾ ਨਹੀਂ ਹੈਗਾ ਜਿੰਨੇ ਤੂੰ ਖਰਾਬ ਕਰਿਆ ਠੀਕ ਹੈ ਜੀ ਹੁਣ ਘਰ ਦਾ ਵੀ ਦੇਖਣਾ ਜੀ ਠੀਕ ਹੈ ਇੱਕ ਗੱਲ ਹੋਰ ਆ ਜਿੱਦ ਫੜ ਲਈ 100 ਰੁਪਏ ਲੈਣਾ 100 ਰੁਪਏ ਲੈ ਕੇ ਹਿੱਲੂ ਜੀ ਰੋਈ ਜਾਊ ਸਾਰਾ ਦਿਹਾੜੀ ਬਾਤ ਬੜੀ ਫੇਰ ਸਰ ਉਹ ਐ ਨਹੀਂ ਕਰਦੇ ਹੁੰਦੇ ਪੁੱਤ ਜਾਂਦਾ ਤਾਂ ਐ ਨਹੀਂ ਕਰਦੇ ਹੁੰਦੇ ਪੁੱਤ ਆਪਾਂ ਘਰ ਵੀ ਦੇਖ ਕੇ ਚੱਲੀ ਜਾਂਦਾ ਵੀ ਚੈਂ ਕਰਕੇ ਸਾਡੇ ਕੋਲ ਮਾਂ ਬਾਪ ਕੋਲ ਹੈਗਾ 100 ਰੁਪਿਆ ਵੀ ਅਸੀਂ ਫੇਰ ਹੀ ਲਵਾਂਗੇ ਜੇ ਫੇਰ ਕੀ ਹੋ ਗਿਆ ਤੇਰੇ ਪਾਪਾ ਨੇ ਪੁੱਤ ਤੈਨੂੰ ਕੱਪੜੇ ਲਿਆ ਕੇ ਦਿੰਦੇ ਨੇ ਤੇਰੇ ਸਕੂਲ ਚ ਲਾਉਂਦੇ ਨੇ ਕੀ ਕੰਮ ਕਰਦਾ ਮੈਂ ਐਲਬਮ ਡਿਜ਼ਾਈਨਿੰਗ ਦਾ ਕੰਮ ਕਰਦਾ ਕਹਦਾ ਕੰਪਿਊਟਰ ਤੇ ਵੈਡਿੰਗ ਐਲਬਮ ਨਹੀਂ ਹੁੰਦੀ ਵਿਆਹ ਸ਼ਾਦੀਆਂ ਲਈ ਕੰਪਿਊਟਰ ਤੇ ਕਰਦਾ ਅੱਛਾ ਮਿਕਸਿੰਗ ਕਰਦਾ ਹਾਂਜੀ ਅੱਛਾ ਅੱਛਾ ਐਲਬਮ ਬਣਦੀ ਤੂੰ ਮੈਂ ਪੇਂਟ ਦੇਈ ਕਲੀ ਅੱਛਾ ਕਲੀ ਬਾਕੀ ਇਹ ਦੱਸੂਗਾ ਕਿ ਉਹ ਕੀ ਕੰਮ ਕਰਦਾ ਨਾ ਪੁੱਤ ਪਾਪਾ ਨੇ ਤੇਰੇ ਐ ਨੀ ਕਰਦੇ ਹੁੰਦੇ ਹੁਣ ਤੂੰ ਐ ਦੱਸ ਇੱਥੇ ਇਹਨਾਂ ਦੀ ਬੇਇੱਜ਼ਤੀ ਹੁੰਦੀ ਤੇਰੇ ਸਾਹਮਣੇ ਵਧੀਆ ਲੱਗਦੀ ਹੈ ਤੁਸੀਂ ਕਹੇ ਪਾਪਾ ਜੀ ਕਹਿੰਦੇ ਹੁੰਦੇ ਪੁੱਤ ਐ ਨੀ ਬੋਲ